ਇਹਨਾਂ ਨੂੰ ਨਾ ਇਹ ਲਾਉਣੀ ਚੜਾਉਣੀ ਬੜੀ ਔਖੀ ਸੀਗੀ। ਇਹ ਕਹਿੰਦੇ ਸਾਨੂੰ ਹੁੱਕ ਕੋ ਫੋਲਡਿੰਗ ਮਿਲਾ ਕੇ ਦੇ ਜਿਹੜੀ ਨਾਲ ਕੱਸੀ ਰਵੇ, ਜ਼ਰੂਰਤ ਦੇ ਮੁਤਾਬਕ ਜਿਹੜੀ ਸ਼ਗ ਅਸੀਂ ਲਾਉਣੀ ਇਹਨਾਂ ਥੱਲੇ ਉਹ ਲਾ ਕੇ ਤੇ ਆਪਣੀ ਜ਼ਰੂਰਤ ਇਸਤੇਮਾਲ ਕਰਦੇ ਸੀ। ਇਹ ਭਾਈ ਇਹ ਵਜ਼ਨ ਕਿੰਨਾ ਕੁ ਚੱਕ ਲੇਗੀ? ਇਹ ਵਜ਼ਨ ਜਿਹੜੀ 250-300 ਮਣ ਵਜ਼ਨ ਚੁੱਕਣ ਵਾਲੀ ਹੁੱਕ ਹੈਗੀ ਇਹ। ਸਹੀ ਹੋ। ਤੇ ਜਿਹੜੀ ਮੈਂ ਨਵੇਂ ਮਾਡਲ ਦੀ ਬਣਾਈ ਉਹ 1000-1500 ਮਣ ਵਜ਼ਨ ਚੁੱਕ। ਅਸਲਾਮ ਅਲੈਕੁਮ ਜੀ, ਆਪ ਦੇ ਐਗਰੀਕਲਚਰ ਦੇ ਅੰਦਰ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦੇ ਜੀ। ਦੋਸਤੋ ਅਸੀਂ ਇਸ ਟਾਈਮ ਮੌਜੂਦ ਹਾਂ ਜੀ 4615 ਦੇ ਵਿੱਚ, ਤੇ ਭਾਈ ਨੇ ਜੀ ਟਰੈਕਟਰ ਲਿਆ 385। ਅੱਲਾਹ ਤਾਲਾ ਇਹਨਾਂ ਦੇ ਨਸੀਬ ਕਰੇ ਜੀ। ਇਹਨਾਂ ਦੇ ਕੋਲੋਂ ਦੋਸਤੋ ਪਹਿਲੇ ਸੀਗਾ 260 ਟਰੈਕਟਰ, ਪੁਰਾਣਾ ਮਾਡਲ ਆ ਨਾਲ ਖੜਾ ਆ, ਤੇ ਇਹਦੇ ਪਿੱਛੇ ਜਿਹੜਾ ਟਰਾਲਾ ਵਾ ਉਹ ਵੀ ਆ, ਜਿਹੜੇ ਭਾਈ ਮੇਰੇ ਨਾਲ ਅਲੀ ਅਹਿਮਦ ਭਾਈ ਖੜੇ ਹੋਏ ਨੇ ਇਹਨਾਂ ਨੇ ਬਣਾਇਆ। ਤੇ ਇਹਨਾਂ ਦੇ ਕੋਲੇ ਦੋਸਤੋ ਇੱਕ ਸੈਕਿੰਡ ਹੈਂਡ ਇੱਥੇ ਇਹਨਾਂ ਜੀ ਹੁੱਕ ਪਈ ਹੋਈ ਆ, ਤੇ ਇਹਨਾਂ ਨੇ ਸਾਨੂੰ ਬੁਲਾਇਆ ਕਿ ਹੁੱਕ ਸੇਲ ਕਰਨੀ ਆ। ਇਹਨਾਂ ਨੂੰ ਦੇਖਦੇ ਹਾਂ ਜੀ ਕਿ ਹੁੱਕ ਦੀ ਕੀ ਕੰਡੀਸ਼ਨ ਆ। ਭਾਈ ਅਲੀ ਅਹਿਮਦ ਦੱਸੋ ਕਿ ਜ਼ਰਾ ਕਿਸ ਤਰ੍ਹਾਂ ਦੀ ਇਹ ਹੁੱਕ, ਕਿਸ ਤਰ੍ਹਾਂ ਦੀ ਆ? ਭਾਜਨ ਇਹ ਕਬਜ਼ੇ ਵਾਲੀ ਹੁੱਕ ਵਾ ਜੀ ਇਹ। ਹਾਂਜੀ। ਤੇ ਇਹਨਾਂ ਨੂੰ ਨਾ ਇਹ ਲਾਉਣੀ ਚੜਾਉਣੀ ਬੜੀ ਔਖੀ ਸੀਗੀ। ਇਹ ਕਹਿੰਦੇ ਸਾਨੂੰ ਹੁੱਕ ਕੋ ਫੋਲਡਿੰਗ ਮਿਲਾ ਕੇ ਦੇ ਜਿਹੜੀ ਨਾਲ ਕੱਸੀ ਰਵੇ, ਜ਼ਰੂਰਤ ਦੇ ਮੁਤਾਬਕ ਜਿਹੜੀ ਸ਼ਗ ਅਸੀਂ ਲਾਉਣੀ ਇਹਨਾਂ ਥੱਲੇ ਉਹ ਲਾ ਕੇ ਤੇ ਆਪਣੀ ਜ਼ਰੂਰਤ ਇਸਤੇਮਾਲ ਕਰ ਲਿਆ। ਠੀਕ ਹੋ ਗਿਆ। ਤੇ ਇਸ ਕਰਕੇ ਅਸੀਂ ਇਹ ਹੁੱਕ ਫਾਰ ਸੇਲ ਕਰਨੀ, ਤੇ ਨਵੇਂ ਮਾਡਲ ਦੀ ਮੈਂ ਹੁੱਕ ਬਣਾਈ ਹੈ ਇੱਕ ਜੀ, ਉਹ ਦੇ ਨਾਲ ਦੀ ਕਿੰਨੇ ਬਣਾ ਕੇ ਦਿਓ? ਇਹ ਭਾਈ ਇਹ ਵਜ਼ਨ ਕਿੰਨਾ ਕੁ ਚੱਕ ਲੇਗੀ? ਇਹ ਵਜ਼ਨ ਜਿਹੜੇ ਜਿੱਦਾਂ ਬਣੀ ਹੈ ਨਾ 250-300 ਮਣ ਵਜ਼ਨ ਚੁੱਕਣ ਵਾਲੀ ਹੁੱਕ ਹੈਗੀ ਹੈ। ਸਹੀ ਹੋ। ਤੇ ਜਿਹੜੀ ਮੈਂ ਨਵੇਂ ਮਾਡਲ ਦੀ ਬਣਾਈ ਉਹ 1000-1500 ਮਣ ਵਜ਼ਨ ਚੁੱਕਦੀ ਹੈ। ਅੱਛਾ, 1000-1500। ਹਾਂਜੀ ਉਹ ਚੁੱਕਦੀ। ਚਲੋ ਮਾਸ਼ਾਅੱਲਾ। ਤੇ ਉਹ ਕਿੰਨੇ ਤਿਆਰ ਹੋ ਜਾਂਦੀ? ਉਹ ਤਕਰੀਬਨ 32-33 ਹਜ਼ਾਰ ਰੁਪਏ ਚ ਹੁੰਦੀ। 32-33 ਦੇ। ਤੇ ਗਰੰਟੀ ਹੁੰਦੀ ਕੀ ਆ? ਗਰੰਟੀ ਲਾਈਫ ਟਾਈਮ ਆ ਜੀ। ਟੁੱਟ ਜਾਵੇ, ਹੁੱਕ ਘਸ ਜਾਵੇ ਤੁਹਾਡੀ ਆ। ਅੱਛਾ ਜੀ। ਟੁੱਟ ਜਾਵੇ, ਵਿੰਗੀ ਹੋ ਜਾਵੇ ਤੇ ਮੇਰੇ ਬੂਹੇ ਤੇ ਸਿੱਟ ਦੇਣੀ ਲਾ ਕੇ। ਜ਼ਬਰਦਸਤ ਹੋ ਗਿਆ। ਤੇ ਆ ਟਰਾਲਾ ਵੀ ਜ਼ਰਾ ਦਿਖਾਈਏ ਜੀ ਤੁਹਾਨੂੰ। ਕਿਆ ਟਰਾਲਾ ਵਾ ਭਾਈ ਉਹਨਾਂ ਨੇ ਜਿਹੜਾ ਤਿਆਰ ਕੀਤਾ? ਇਹ ਵੀ ਇਹਨਾਂ ਨੇ ਕੀਤਾ, ਤੇ ਇਹਨਾਂ ਨੂੰ ਇਹਨਾਂ ਨੇ ਬੁਲਾਇਆ ਅੱਜ ਆਪਦੇ ਉੱਥੇ ਡੇਰੇ ਦੇ ਉੱਤੇ। ਹਾਂਜੀ। ਇੱਥੇ ਆਓ ਤੁਸੀਂ। ਹਾਂਜੀ। ਇਹਨਾਂ ਨੂੰ ਬੁਲਾਇਆ ਜੀ ਇਹਨਾਂ ਨੇ ਅੱਜ ਆਪਣੇ ਡੇਰੇ ਦੇ ਉੱਤੇ, ਤੇ ਇਹਨਾਂ ਨੇ ਆਖਿਆ ਜੀ ਜਿਸ ਤਰ੍ਹਾਂ ਤੁਹਾਡਾ ਟਰਾਲਾ ਚੰਗਾ ਚੱਲਦਾ ਨਾ ਜੀ, ਤੇ ਇਸੇ ਤਰ੍ਹਾਂ ਤੁਸੀਂ ਸਾਨੂੰ ਹੁੱਕ ਦਿਓ ਬਣਾ ਕੇ, ਕਿ ਹੁੱਕ ਜਿਹੜੀ ਆ ਉਹ ਚੰਗੀ ਹੋਣੀ ਚਾਹੀਦੀ ਜਿਹੜੀ ਕਿ ਦੇਰ ਪਾ ਚੱਲੇ। ਤੇ 385 ਇਹਨਾਂ ਨੇ ਨਵਾਂ ਲਿਆ ਵਾ, ਇਹਨਾਂ ਦਾ ਬੰਪਰ ਸ਼ੰਪਰ ਹੀ ਲਗਵਾਉਣਾ ਵਾ, ਹੁੱਕਾਂ ਸ਼ੁੱਕਾਂ ਇਹਦਾ ਹਰ ਚੀਜ਼ ਇਹਨਾਂ ਮੁਕੰਮਲ ਕਰਵਾਉਣਗੇ। ਬਿਲਕੁਲ। ਤੇ ਇਨਸ਼ਾਅੱਲਾ ਜਿਸ ਤਰ੍ਹਾਂ ਇਹਨੂੰ ਚੀਜ਼ ਲੱਗਦੀ ਜਾਏਗੀ, ਔਰ ਇਨਸ਼ਾਅੱਲਾ ਮਜ਼ਬੂਤੀ ਨਾਲ ਲਗਾਉਂਦੇ ਰਹਿਣਗੇ। ਬਾਕੀ ਭਾਈ ਤੁਸੀਂ ਆਪਣਾ ਮੋਬਾਈਲ ਨੰਬਰ ਦੇ ਦਿਓ ਕੋਈ ਦੋਸਤ ਕੋਈ ਸ਼ਾਇ ਲੈਣਾ ਚਾਹੁੰਦਾ। ਪਹਿਲਾਂ ਜ਼ਿਆਦਾ ਮਸ਼ਹੂਰੀ ਅੱਲਾ ਪਾਕ ਨੇ ਦਿੱਤੀ ਸੀ ਜੈਕ ਵਾਲੇ ਟਰਾਲਿਆਂ ਦੇ ਵਿੱਚ। ਅੱਛਾ ਜੀ। ਹੁੱਕ ਬੰਪਰ ਤਾਂ ਫਿਰ ਹੈ ਹੀ ਆ ਨਾ, ਉਹ ਤਾਂ ਬਣਾਉਣਾ ਹੀ ਆ। ਸਹੀ। ਇਹ ਟਰਾਲਿਆਂ 'ਚ ਮਾਸ਼ਾਅੱਲਾ ਅਲੀ ਅਹਿਮਦ ਟਰਾਲਿਆਂ ਵਾਲਾ ਬੜੀ ਮਸ਼ਹੂਰੀ ਆ ਜੀ। ਠੀਕ ਹੋ ਗਿਆ। ਅਲੀ ਅਹਿਮਦ ਟਰਾਲਾ ਮੈਕਰ ਬੂਰਾ ਰੋਡ ਮੀਆਂ ਚੰਨੂ ਜੀ। ਸਹੀ ਆ। ਆਪਣਾ ਮੋਬਾਈਲ ਨੰਬਰ ਦਿਓ। 0308-8358-063। ਠੀਕ ਹੋ। ਹਾਂਜੀ।